ਰਾਜਪੁਰਾ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਪਲਾ ਦੀ ਕੰਪਿਊਟਰ ਦੀ ਅਧਿਆਪਕਾ ਸ਼੍ਰੀਮਤੀ ਨਵਜੋਤ ਕੌਰ ਦੇ ਜੱਜ ਬਣਨ ਨਾਲ ਸਕੂਲ ਵਿੱਚ ਪੂਰੀ ਤਰ੍ਹਾਂ ਨਾਲ ਖੁਸ਼ੀ ਦਾ ਮਾਹੌਲ ਸੀ। ਸਕੂਲ ਦੇ ਪ੍ਰਿੰਸੀਪਲ ਅਮਨਜੋਤ ਕੌਰ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵਜੋਤ ਕੌਰ ਨੇ ਦੱਸਿਆ ਕਿ ਉਹਨਾਂ ਨੇ 10ਵੀਂ ਦੀ ਪੜ੍ਹਾਈ ਵੀਰ ਹਕੀਕਤ ਰਾਏ ਸਕੂਲ ਪਟਿਆਲਾ ਤੋਂ ਕੀਤੀ ਅਤੇ ਉਸ ਤੋਂ ਬਾਅਦ ਕੰਪਿਊਟਰ ਇੰਜੀਨੀਅਰਿੰਗ ਬੀਟੈਕ ਅਤੇ ਐਮਟੈਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਫਿਰ LLB LLM ਦੀ ਪੜ੍ਹਾਈ ਵੀ ਪੰਜਾਬੀ ਯੂਨੀਵਰਸਿਟੀ ਤੋਂ ਹੀ ਕੀਤੀ। ਉਸ ਤੋਂ ਬਾਅਦ ਕੰਪਿਊਟਰ ਅਧਿਆਪਕ ਦੇ ਤੌਰ 'ਤੇ ਨੌਕਰੀ ਜੁਆਇਨ ਕੀਤੀ। ਸ਼੍ਰੀਮਤੀ ਨਵਜੋਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਨਾ ਜੀ ਮਾਨਸਾ ਵਿਖੇ ਉੱਘੇ ਵਕੀਲ ਸਨ ਅਤੇ ਉਹਨਾਂ ਨੂੰ ਵੇਖ ਕੇ ਹੀ ਲਾਅ ਕਰਨ ਦੀ ਪ੍ਰੇਰਣਾ ਮਿਲੀ ਅਤੇ ਫਿਰ ਲਾਅ ਕਰਦੇ ਹੀ ਜੱਜ ਬਣਨ ਦੀ ਤਾਂਘ ਘਰ ਘਰ ਗਈ। ਨਵਜੋਤ ਕੌਰ ਨੇ ਇਹ ਵੀ ਦੱਸਿਆ ਕਿ ਉਹ ਜੱਜ ਬਣ ਕੇ ਖੁਸ਼ ਹਨ ਅਤੇ ਹੁਣ ਤਾਂ ਸਿਰਫ ਉਡੀਕ ਕਰ ਰਹੇ ਹਨ ਕਿ ਕਦੋਂ ਜੁਆਇਨਿੰਗ ਲੈਟਰ ਆਵੇ ਤਾਂ ਉਹ ਜੁਆਇਨ ਕਰੇ। ਨਵਜੋਤ ਕੌਰ ਮੈਡਮ, ਤੁਸੀਂ ਆਪਣੇ ਕੁਆਲੀਫਿਕੇਸ਼ਨ ਬਾਰੇ ਇਹਦੇ ਬਾਰੇ ਜਾਣਕਾਰੀ ਦਿਓ। ਸਰ, ਮੈਂ ਆਪਣੀ 10th ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ ਕੀਤੀ। ਉਸ ਤੋਂ ਬਾਅਦ ਸਰ ਮੈਂ 3 ਸਾਲਾਂ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਫਾਰ ਵਿਮੈਨ ਪਟਿਆਲਾ ਤੋਂ ਕੀਤਾ। ਉਸ ਤੋਂ ਬਾਅਦ ਸਰ ਫਿਰ ਮੈਂ ਬੀਟੈਕ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਬੀਟੈਕ ਪੂਰੀ ਕਰਨ ਤੋਂ ਬਾਅਦ ਸਰ ਮੈਨੂੰ ਐਜ਼ ਅ ਕੰਪਿਊਟਰ ਫੈਕਲਟੀ ਗਵਰਨਮੈਂਟ ਸਕੂਲ ਦੇ ਵਿੱਚ ਜੋਬ ਮਿਲ ਗਈ। ਸਰ ਸਭ ਤੋਂ ਪਹਿਲਾਂ ਮੈਂ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ ਵਿਖੇ ਜੁਆਇਨ ਕੀਤਾ। ਸਰ ਜੋਬ ਸ਼ੁਰੂ ਕਰਨ ਤੋਂ ਬਾਅਦ ਉਸ ਤੋਂ ਬਾਅਦ ਸਰ ਮੈਂ ਆਪਣੀ ਐਮਟੈਕ ਪਾਰਟ ਟਾਈਮ ਸ਼ੁਰੂ ਕੀਤੀ। ਸਰ 3 ਸਾਲ ਦੀ 2012 ਤੋਂ 15 ਤੱਕ ਮੈਂ ਆਪਣੀ ਐਮਟੈਕ ਕੰਪਲੀਟ ਕੀਤੀ ਅਤੇ ਉਸ ਤੋਂ ਬਾਅਦ ਸਰ ਫਿਰ ਮੈਂ LLB ਈਵਨਿੰਗ ਕਲਾਸਿਸ ਪੰਜਾਬੀ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ 2015 ਤੋਂ 18 ਦੇ ਵਿੱਚ। ਉਸ ਤੋਂ ਬਾਅਦ ਸਰ ਫਿਰ ਮੇਰਾ ਏਮ ਸੀਗਾ ਜੁਡੀਸ਼ਲ ਆਫਿਸਰ ਬਣਨ ਦਾ ਅਤੇ ਮੈਂ LLB ਕਰਦੇ ਨਾਲ ਨਾਲ ਹੀ ਮੈਂ ਆਪਣੀ ਪ੍ਰੈਪਰੇਸ਼ਨ ਸ਼ੁਰੂ ਕੀਤੀ। ਜੋਬ ਤੋਂ ਬਾਅਦ ਘਰ ਜਾ ਕੇ ਮੈਂ ਉਸ ਤੋਂ ਬਾਅਦ ਆਪਣੀ ਪ੍ਰੈਪਰੇਸ਼ਨ ਨਾਲ ਦੀ ਨਾਲ ਸਟਾਰਟ ਕੀਤੀ। ਜਿਹੜੇ ਮੇਜਰ ਸਬਜੈਕਟ ਸੀਗੇ ਮੇਰੀ ਕੋਸ਼ਿਸ਼ ਸੀਗੀ ਕਿ ਉਹ LLB ਦੇ ਟਾਈਮ 'ਤੇ ਹੀ ਕੰਪਲੀਟ ਹੋ ਜਾਣ ਤਾਂ ਕਿ ਜਦ ਵੀ ਨੋਟੀਫਿਕੇਸ਼ਨ ਆਵੇ ਐਟਲੀਸਟ ਆਈ ਕੈਨ ਅਟੈਂਪਟ। ਠੀਕ ਹੈ। ਸਰ ਜਿਹੜੀ ਇਹਦੀ ਮੈਨੂੰ ਇੰਸਪੀਰੇਸ਼ਨ ਸੀਗੀ ਲਾਅ ਕਰਨ ਦੀ, ਉਹ ਇੱਦਾਂ ਸੀ ਕਿ ਮੇਰੇ ਨਾਨਾ ਜੀ ਵਕੀਲ ਸੀ ਮਾਨਸਾ ਡਿਸਟ੍ਰਿਕਟ ਕੋਰਟ ਦੇ ਵਿੱਚ, ਉਹਨਾਂ ਤੋਂ ਮੈਨੂੰ ਬਹੁਤ ਇੰਸਪੀਰੇਸ਼ਨ ਮਿਲੀ। ਉਹ ਮੈਡਮ ਐਟ ਪ੍ਰੈਜ਼ੈਂਟ ਪ੍ਰੈਕਟਿਸ ਕਰਦੇ ਆ? ਸਰ ਐਟ ਪ੍ਰੈਜ਼ੈਂਟ ਨਾਨਾ ਜੀ ਹੈ ਨਹੀਂ। ਅੱਛਾ, ਪਹਿਲਾਂ? ਹਾਂਜੀ ਸਰ, ਉਹ ਐਕਸਪਾਇਰ ਹੋ ਗਏ ਸੀਗੇ 4 ਮਹੀਨੇ ਪਹਿਲਾਂ। ਅੱਛਾ ਜੀ। ਹਾਂਜੀ ਸਰ, ਉਸ ਤੋਂ ਪਹਿਲਾਂ ਉਹ ਪ੍ਰੈਕਟਿਸ ਕਰਦੇ ਸੀਗੇ ਮਾਨਸਾ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ। ਮਤਲਬ ਤੁਹਾਡੇ ਜਿਹੜੇ ਜ਼ਿਹਨ ਦੇ ਵਿੱਚ ਸੀਗਾ ਤੁਸੀਂ ਉਹਨਾਂ ਨੂੰ ਦੇਖਦੇ ਸੀਗੇ ਪੜ੍ਹਦੇ ਨੂੰ ਕਰਦੇ? ਹਾਂਜੀ ਸਰ, ਉਹਨਾਂ ਨੇ ਜਦ ਵੀ ਘਰ ਆਉਣਾ ਸਾਡੇ, ਮਤਲਬ ਉਹਨਾਂ ਦੀ ਸਿਟਿੰਗ ਨੂੰ ਦੇਖ ਕੇ ਮੈਂ ਬਹੁਤ ਇੰਸਪਾਇਰ ਹੁੰਦੀ ਸੀ। ਉਹਨਾਂ ਨੇ ਆਉਣਾ, ਮੈਨੂੰ ਕਹਿਣਾ ਕਿ ਮੈਨੂੰ ਕੋਈ ਬੁੱਕ ਲਿਆ ਦੇ, ਮੈਂ ਪੜ੍ਹਨੀ ਹੈ। ਹਾਂਜੀ। ਅਤੇ ਮਤਲਬ ਹੋਰ ਪਾਸੇ ਨਹੀਂ ਉਹਨਾਂ ਦਾ ਧਿਆਨ ਹੁੰਦਾ ਸੀ, ਉਹਨਾਂ ਨੂੰ ਹੁੰਦਾ ਸੀ ਕਿ ਮੈਂ ਬੁੱਕਸ ਪੜ੍ਹ ਲਾਂ, ਨਿਊਜ਼ ਪੇਪਰ ਪੜ੍ਹ ਲਾਂ। ਸੋ ਉਹਨਾਂ ਨੂੰ ਦੇਖ ਕੇ ਬਹੁਤ ਇੰਸਪੀਰੇਸ਼ਨ ਮਿਲਦੀ ਸੀ ਕਿ ਕੁਛ ਮੈਂ ਵੀ ਕਰਨਾ। ਅੱਛਾ ਜੀ। ਅਤੇ ਉਸ ਤੋਂ ਬਾਅਦ ਹੀ ਸਰ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਆਇਆ ਕਿ ਮੈਂ ਆਲਦੋ ਮੇਰਾ ਬਿਲਕੁਲ ਮੈਂ ਆਪਣੀ ਲਾਈਨ ਸ਼ਿਫਟ ਕੀਤੀ ਬੀਟੈਕ ਤੋਂ ਇੰਜੀਨੀਅਰਿੰਗ ਤੋਂ ਬਾਅਦ ਮੈਂ ਲਾਅ ਕੀਤੀ। ਅੱਛਾ ਜੀ। ਉਹਨਾਂ ਨੂੰ ਦੇਖ ਕੇ ਹੋਇਆ ਕਿ ਮੈਨੂੰ ਲੀਗਲ ਫੀਲਡ ਦੇ ਵਿੱਚ ਜਾਣਾ ਚਾਹੀਦਾ, ਮੇਰਾ ਇੰਟਰਸਟ ਹੈ ਇਸ ਫੀਲਡ ਦੇ ਵਿੱਚ, ਜਦੋਂ ਗੱਲਾਂ ਸੁਣਾਉਂਦੇ ਆਪਣੀਆਂ। ਅਤੇ ਉਸ ਤੋਂ ਬਾਅਦ ਸਰ ਮੈਂ ਡਿਸਾਈਡ ਕੀਤਾ ਕਿ ਮੈਂ LLB ਕਰਨੀ ਹੈ। ਫਿਰ ਮੈਡਮ ਤੁਹਾਨੂੰ ਇਹ ਨਹੀਂ ਲੱਗਿਆ ਵੀ ਉਹ ਬੀਟੈਕ ਜਿਹੜਾ ਹੈਗਾ ਉਹ ਹੋਰ ਸਬਜੈਕਟ ਹੈ ਤੇ ਇਹ ਫਿਰ ਥੋੜੇ ਜਿਹਾ ਆਰਟਸ ਦਾ ਤੇ ਉਹ ਆ ਗਿਆ? ਸਰ ਬਿਲਕੁਲ ਸਰ, ਬਟ ਹਾਂਜੀ ਬਿਲਕੁਲ ਸਰ, ਜਿੱਦਾਂ ਸਰ ਟੈਕਨੋਲੋਜੀ ਚੇਂਜ ਹੋ ਰਹੀ ਹੈ ਸਰ, ਅੱਜ ਕੱਲ੍ਹ ਮਤਲਬ ਇਹ ਹੈ ਕਿ ਜੇ ਆਪਾਂ ਲਾਅ ਦੀ ਵੀ ਗੱਲ ਕਰੀਏ ਤਾਂ ਸਾਈਬਰ ਲਾਅ ਦਾ ਬਹੁਤ ਟਾਈਮ ਹੈ ਅਤੇ ਮਤਲਬ ਜੇ ਮੈਂ ਬੀਟੈਕ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਤਾਂ ਇਹਦਾ ਮਤਲਬ ਅੱਗੇ ਜਾ ਕੇ ਬੈਨੀਫਿਟ ਹੀ ਮਿਲੇਗਾ ਕਿਉਂਕਿ ਟੈਕਨੋਲੋਜੀ ਚੇਂਜ ਹੋ ਰਹੀ ਹੈ। ਉੱਦਾਂ ਸਰ ਫਿਰ ਇਹ ਹੈ ਕਿ ਕ੍ਰਾਈਮ ਵੀ ਉੱਦਾਂ ਹੋ ਰਹੇ ਆ ਹੁਣ ਅੱਜ ਕੱਲ੍ਹ ਅਤੇ ਇਸ ਹਾਂਜੀ ਬਿਲਕੁਲ, ਜੇ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਇਸ ਚੀਜ਼ ਦੀ ਬਹੁਤ ਹੈਲਪ ਮਿਲੇਗੀ ਮੈਨੂੰ ਹੁਣ ਵਾਲੇ ਪ੍ਰੋਫੈਸ਼ਨ ਦੇ ਵਿੱਚ ਵੀ। ਅੱਛਾ ਜੀ। ਇੱਕ ਸਾਈਬਰ ਕ੍ਰਾਈਮ ਜਿਹੜਾ ਤੁਸੀਂ ਕਹ ਰਹੇ ਇਹ ਕੀ ਚੀਜ਼ ਹੁੰਦਾ ਹੈ, ਇਹ ਸਾਨੂੰ ਇਹਦੇ ਬਾਰੇ ਜਾਣਕਾਰੀ? ਸਰ ਹਾਂਜੀ ਬਿਲਕੁਲ ਸਰ, ਜਿੱਦਾਂ ਆਪਾਂ ਨਿਊਜ਼ ਪੇਪਰ ਦੇ ਵਿੱਚ ਅੱਜ ਕੱਲ੍ਹ ਪੜ੍ਹਦੇ ਹਾਂ ਕਿ ਇੰਟਰਨੈਟ ਬੈਂਕਿੰਗ ਦੇ ਥਰੂ ਕੁਝ ਫਰੋਡ ਹੋ ਰਹੇ ਹੈਗੇ, ਲੋਕਾਂ ਦੇ ਪੈਸੇ ਕੱਢੇ ਗਏ ਆਨਲਾਈਨ, ਉਹ ਟ੍ਰਾਂਜੈਕਸ਼ਨਸ ਕਰਦੇ ਆ ਅਤੇ ਬਟ ਜਦੋਂ ਬਾਅਦ 'ਚੋਂ ਚੈੱਕ ਕਰਦੇ ਆ ਸਾਰਾ ਉਹਨਾਂ ਦਾ ਆਨਲਾਈਨ ਪੈਸਾ ਜਾ ਚੁੱਕਿਆ ਹੁੰਦਾ। ਸਰ ਹੋਰ ਬਹੁਤ ਤਰੀਕੇ ਦੇ ਫਰੋਡਸ ਹੋ ਰਹੇ ਆ ਜਿਹੜੇ ਕਿ ਮਤਲਬ ਕੰਪਿਊਟਰ ਦੀ ਹੈਲਪ ਦੇ ਨਾਲ ਹੋ ਰਹੇ ਆ। ਇਹ ਮਤਲਬ ਸਾਰਾ ਜਿਹੜਾ ਫੀਲਡ ਹੈਗਾ ਸਾਰਾ ਉਹਦੇ ਸਾਈਬਰ ਕ੍ਰਾਈਮ ਦੇ ਵਿੱਚ ਦੇ ਅੰਡਰ ਕਵਰ? ਸਰ ਹਾਂਜੀ, ਸਾਈਬਰ ਕ੍ਰਾਈਮ ਇਜ਼ ਬੇਸਿਕਲੀ ਜਿਹੜਾ ਕਿ ਕੰਪਿਊਟਰ ਨੂੰ ਯੂਜ਼ ਕਰਕੇ, ਕੰਪਿਊਟਰ ਨੈਟਵਰਕ ਨੂੰ ਯੂਜ਼ ਕਰਕੇ ਕੀਤਾ ਜਾ ਰਿਹਾ, ਡੈਟ ਇਜ਼ ਸਾਈਬਰ ਕ੍ਰਾਈਮ। ਸਾਈਬਰ ਕ੍ਰਾਈਮ ਅਤੇ ਸਰ ਉਸ ਚੀਜ਼ ਦੀ ਜੇ ਤੁਹਾਨੂੰ ਕੰਪਿਊਟਰ ਇੰਜੀਨੀਅਰਿੰਗ ਦੀ ਨੌਲੇਜ ਹੈਗੀ ਹੈ
ਤੇ ਜੇ ਕਿਉਂਕਿ ਹੁਣ ਟੈਕਨੋਲੋਜੀ ਚੇਂਜ ਹੋ ਰਹੀ ਹੈ, ਟਾਈਮ ਬਦਲ ਰਿਹਾ, ਤੇ ਜੇ ਉਦਾਂ ਦੇ ਕੇਸਿਸ ਆਉਂਦੇ ਆ ਤਾਂ ਡੈਫੀਨੇਟਲੀ ਇਹ ਹੈ ਕਿ ਤੁਸੀਂ ਉਹਦਾ ਵਧੀਆ ਡਿਸੀਜਨ ਲੈ ਸਕੋਗੇ ਜੇ ਤੁਹਾਨੂੰ ਉਸ ਚੀਜ਼ ਦੀ ਨੋਲੇਜ ਹੈ। ਸਰ ਡੈਫੀਨੇਟਲੀ, ਕਿਉਂਕਿ ਮੇਰੀ ਉਹ ਫੀਲਡ ਸੀਗੀ, ਮੈਂ ਉਹ ਸਾਰੀਆਂ ਚੀਜ਼ਾਂ ਡਿਟੇਲਸ ਪੜ੍ਹੀਆਂ ਹੋਈਆਂ ਸੀ ਤਾਂ ਉਹ ਜ਼ਰੂਰ ਹੈਲਪ ਕਰਨਗੀਆਂ ਮੈਨੂੰ। ਤੇ ਫਿਰ ਉਸ ਤੋਂ ਬਾਅਦ ਜਸਟ ਤੁਸੀਂ ਆਪਣਾ ਜੁਡੀਸ਼ੀਅਲ ਫਿਰ ਤੁਸੀਂ ਕਦੋਂ ਸ਼ੁਰੂ ਕੀਤੀ ਜੀ? ਸਰ ਮੈਂ 2015 ਦੇ ਵਿੱਚ LLB ਕਰਨੀ ਸ਼ੁਰੂ ਕੀਤੀ। ਅੱਛਾ ਜੀ। ਹਾਂਜੀ, ਉਸ ਤੋਂ ਮੈਂ ਕਿਉਂਕਿ LLB ਸ਼ੁਰੂ ਕਰਨ ਦਾ ਮੋਟਿਵ ਇਹ ਸੀ, ਇਹ ਨਹੀਂ ਸੀ ਕਿ ਮੈਂ ਡਿਗਰੀ ਲੈਣੀ ਹੈ, ਮਤਲਬ ਇਹ ਸੀਗਾ ਕਿ ਮੈਂ ਕੁਛ ਬਣਨਾ ਹੈ। ਜੁਡੀਸ਼ੀਅਲ ਆਫੀਸਰ ਦਾ ਏਮ ਰੱਖ ਕੇ ਹੀ ਮੈਂ LLB ਕਰਨੀ ਸਟਾਰਟ ਕੀਤੀ। ਮਤਲਬ ਜਿਵੇਂ ਉਹਦੀ ਅਰਜਨ ਦੀ ਅੱਖ ਸੀ ਮੱਛੀ ਦੀ ਅੱਖ, ਤੇ ਤੁਹਾਡਾ ਏਮ ਸੀਗਾ ਮੈਂ ਲਾ ਨਹੀਂ ਕਰਨੀ, ਮੈਂ ਹਾਂਜੀ ਸਰ ਕਲੀਅਰ ਕਰਨਾ। ਹਾਂਜੀ ਬਿਲਕੁਲ, ਕਿ ਇਹ ਨਹੀਂ ਕਿ ਸਿਰਫ ਡਿਗਰੀ ਵਾਸਤੇ ਨਹੀਂ ਮੈਂ LLB ਕਰਨੀ ਹੈਗੀ। ਠੀਕ ਹੈ। ਤੇ ਇਹ ਸੀਗਾ ਕਿ ਕੁਛ ਬਣਨਾਗਾ ਕੁਛ, ਤਾਂ ਕਰਕੇ ਸਰ ਮੈਂ ਨਾਲ ਦੀ ਨਾਲ ਹੀ ਆਪਣੀ ਸਟੱਡੀ ਸਟਾਰਟ ਕੀਤੀ। ਅੱਛਾ ਜੀ। ਹਾਂਜੀ। ਤੇ ਫਿਰ ਮੈਡਮ ਤੁਸੀਂ ਇੱਥੋਂ ਸਕੂਲ ਦੇ ਵਿੱਚ ਜਾਂਦੇ ਸੀ, ਉਸ ਤੋਂ ਬਾਅਦ ਫਿਰ ਤੁਹਾਡਾ ਤੁਸੀਂ ਕਿਵੇਂ ਮੈਨੇਜ ਕਰਦੇ ਸੀ, ਕਿਵੇਂ ਪੜ੍ਹਦੇ, ਕਿਸ ਤਰ੍ਹਾਂ? ਸਰ ਸਕੂਲ ਤੋਂ ਬਾਅਦ ਜਾ ਕੇ ਮੈਂ ਥੋੜ੍ਹਾ ਟਾਈਮ ਰੈਸਟ ਕਰਦੀ ਸੀਗੀ, ਉਸ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕਰਦੀ ਸੀ, ਬਟ ਇਹ ਸੀ ਕਿ ਮੈਂ ਮੋਰਨਿੰਗ ਉੱਠ ਕੇ ਜਿੰਨਾ ਹੋ ਸਕੇ ਮੈਂ ਉਹ ਪੜ੍ਹਨ ਦੀ ਕੋਸ਼ਿਸ਼ ਕਰਦੀ ਸੀ, ਕਿਉਂਕਿ ਮੋਰਨਿੰਗ ਮੈਨੂੰ ਇੱਦਾਂ ਲੱਗਦਾ ਸੀ ਜਿਵੇਂ 2 ਘੰਟੇ ਵੀ ਪੜ੍ਹ ਲਏ ਤਾਂ ਉਹ ਸ਼ਾਮ ਨੂੰ 4 ਘੰਟੇ ਪੜ੍ਹਨ ਦੇ ਬਰਾਬਰ ਹੈ। ਮਤਲਬ ਇੰਨਾ ਤੁਸੀਂ ਗ੍ਰੈਪਸ ਕਰ ਲੈਂਦੇ ਹੋ ਉਸ ਟਾਈਮ ਦੇ ਵਿੱਚ। ਹਾਂਜੀ, ਮੋਰਨਿੰਗ ਪੜ੍ਹਨ ਦਾ ਬਹੁਤ ਬੈਨੀਫਿਟ ਹੋਇਆ। ਤੇ ਮੈਡਮ ਤੁਸੀਂ ਜਿਹੜਾ PCS ਕੀਤਾ, ਕਾਫੀ ਵੱਡਾ ਪੰਜਾਬ ਦਾ ਸਭ ਤੋਂ ਵੱਡਾ ਐਗਜ਼ਾਮ ਹੁੰਦਾ ਹੈ। ਹਾਂਜੀ ਸਰ। ਤੇ ਖਾਸ ਤੌਰ PCS ਜੁਡੀਸ਼ੀਅਲ ਜਿਹੜਾ ਹੈਗਾ, ਹਾਂਜੀ, ਤੁਸੀਂ ਇਹਦਾ ਸਾਰਾ ਸਿਹਰਾ ਕਿਹਦੇ ਸਿਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਹਦੇ ਸਿਰ ਤੇ ਤੁਸੀਂ ਇਹ ਸਿਹਰਾ ਦੇਣਾ ਚਾਹੁੰਦੇ ਹੋ? ਸਰ ਦੇਖੋ, ਇਹਦੇ ਵਿੱਚ ਇਹ ਹੈ ਕਿ ਸਭ ਦਾ ਹੀ ਬਹੁਤ ਕੰਟਰੀਬਿਊਸ਼ਨ ਹੈ। ਜੇ ਮੇਰੇ ਘਰਦਿਆਂ ਦੀ ਪੇਰੈਂਟਸ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਬਹੁਤ ਕੰਟਰੀਬਿਊਸ਼ਨ, ਉਹਨਾਂ ਨੇ ਬਹੁਤ ਸਪੋਰਟ ਕੀਤਾ, ਬਹੁਤ ਕੋਆਪਰੇਟ ਕੀਤਾ ਮੇਰੇ ਨਾਲ। ਉਸ ਤੋਂ ਬਾਅਦ ਸਰ ਮੇਰੀ ਮੈਰਿਜ ਹੋਈ 2019 ਨਵੰਬਰ ਦੇ ਵਿੱਚ, ਤਾਂ ਮੇਰੇ ਇਨਲੋਜ਼ ਨੇ ਬਹੁਤ ਸਪੋਰਟ ਕੀਤਾ, ਬਹੁਤ ਕੋਆਪਰੇਟ ਕੀਤਾ, ਮੇਰੇ ਹਸਬੈਂਡ ਬਹੁਤ ਸਪੋਰਟਿਵ ਸੀ। ਇਨਫੈਕਟ ਜਿਸ ਦਿਨ ਰਿਜ਼ਲਟ ਆਇਆ, ਮੇਰੇ ਹਸਬੈਂਡ ਮੇਰੇ ਨਾਲੋਂ ਜ਼ਿਆਦਾ ਖੁਸ਼ ਸੀਗੇ ਇਸ ਚੀਜ਼ ਨੂੰ ਲੈ ਕੇ। ਮੇਰੀ ਸਾਰੀ ਇਨਲੋਜ਼ ਫੈਮਿਲੀ ਬਹੁਤ ਖੁਸ਼ ਹੈ ਕਿ ਸਾਡੀ ਫੈਮਿਲੀ 'ਚੋਂ ਕੋਈ ਬਣਿਆ। ਤੇ ਸਕੂਲ ਦੇ ਸਟਾਫ ਨੇ ਤੁਹਾਨੂੰ ਕਿੰਨਾ ਕੋਆਪਰੇਟ? ਸਰ ਕੋਲੀਗਸ ਨੇ ਵੀ ਬਹੁਤ ਕੋਆਪਰੇਟ ਕੀਤਾ, ਇਹ ਨਹੀਂ ਸੀਗਾ ਕਿ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ, ਕਿਉਂਕਿ ਹਰ ਇੱਕ ਦੀ ਕੋਆਪਰੇਸ਼ਨ ਦੇ ਨਾਲ ਹੀ ਤੁਸੀਂ ਇਹ ਚੀਜ਼ ਅਚੀਵ ਕਰ ਸਕਦੇ ਹੋ। ਕੋਈ ਤੁਹਾਡੇ ਇੱਥੇ ਸਕੂਲ ਦੇ ਵਿੱਚ ਕੋਈ ਟੀਚਰ ਸੀ ਜਿਹਨੇ ਕੋਈ ਲਾਅ ਨਾਲ ਰਿਲੇਟਡ ਕੋਈ ਹੋਵੇ? ਸਰ ਲਾਅ ਦੇ ਨਾਲ ਰਿਲੇਟਡ ਕੋਈ ਨਹੀਂ ਸੀਗਾ, ਬਟ ਇਹੀ ਹੈ ਕਿ ਜੇ ਤੁਹਾਨੂੰ ਸਕੂਲ ਦੇ ਵਿੱਚ ਇੱਕ ਪੀਸਫੁਲ ਇਨਵਾਇਰਮੈਂਟ ਮਿਲ ਰਿਹਾ ਤੇ ਉਹ ਸਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਘਰੇ ਜਾ ਕੇ ਵੀ ਤਾਂ ਹੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੇ ਤੁਸੀਂ ਆਪਣੇ ਵਰਕਿੰਗ ਪਲੇਸ ਤੇ ਖੁਸ਼ ਹੋ। ਠੀਕ ਹੈ ਜੀ। ਅਤੇ ਸਰ ਉਹਨਾਂ ਨੇ ਮਤਲਬ ਸੁਜਾਤਾ ਮੈਮ, ਗਗਨ ਮੈਮ, ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਮੇਰੇ ਨਾਲ। ਕੰਪਿਊਟਰ ਫੈਕਲਿਟੀਜ਼ ਇਹ। ਠੀਕ ਹੈ ਜੀ। ਹਾਂਜੀ। ਤੇ ਤੁਹਾਡੇ ਇੱਥੇ ਹੈੱਡ ਕੌਣ ਹੈ? ਸਰ ਪ੍ਰਿੰਸੀਪਲ ਸ਼੍ਰੀਮਤੀ ਅਮਨਜੋਤ ਕੌਰ ਜੀ। ਅੱਛਾ ਜੀ। ਹਾਂਜੀ, ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਹਰ ਟਾਈਮ ਤੇ ਕਿ ਹਾਂਜੀ ਜਿਸ ਟਾਈਮ ਤੈਨੂੰ ਜ਼ਰੂਰਤ ਹੈ, ਤੇ ਬਹੁਤ ਸਪੋਰਟ ਕੀਤਾ ਅਮਨਜੋਤ ਕੌਰ ਮੈਮ ਨੇ ਵੀ। ਮਤਲਬ ਜਿਹੜਾ ਇਹ ਤੁਸੀਂ ਐਡਾ ਵੱਡਾ ਅਚੀਵਮੈਂਟ ਕੀਤੀ ਹੈ, ਹਾਂਜੀ, ਤੁਸੀਂ ਕਹਿੰਦੇ ਆ ਵੀ ਇਹਦਾ ਜਿਹੜਾ ਮਤਲਬ ਸਭ ਦਾ ਕਲੈਕਟਿਵਲੀ ਤੁਹਾਡੇ? ਸਰ ਬਿਲਕੁਲ ਜੀ ਬਿਲਕੁਲ, ਕਿਉਂਕਿ ਕਿਸੇ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਹੈਗਾ, ਸਭ ਨੇ ਹੀ ਬਹੁਤ ਸਪੋਰਟ ਕੀਤਾ, ਸਟਾਰਟਿੰਗ ਫਰੋਮ ਮਾਈ ਫੈਮਿਲੀ, ਮੇਰੇ ਇਨਲੋਜ਼, ਮੇਰੇ ਕੁਲੀਗਸ, ਮੇਰੇ ਫਰੈਂਡਸ, ਸਭ ਦੀ ਬਹੁਤ ਵੱਡੀ ਕੋਆਪਰੇਸ਼ਨ ਹੈ ਮੇਰੇ ਨਾਲ, ਸਪੋਰਟ ਹੈ ਕਿ ਜਿਹਦੇ ਕਰਕੇ ਮੈਂ ਅੱਜ ਇਹ ਕਲੀਅਰ ਕਰ ਪਾਈ। ਤੇ ਤੁਸੀਂ ਆਪ ਤੁਹਾਨੂੰ ਆਪ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਸਰ ਖੁਸ਼ੀ ਤਾਂ ਬਹੁਤ, ਮਤਲਬ 1 ਤਰੀਕ ਤੋਂ ਇਹ ਸੀਗਾ ਕਿ ਮੈਂ ਵੇਟ ਕਰ ਰਹੀ ਸੀ ਕਿ ਅੱਜ ਰਿਜ਼ਲਟ ਆਏਗਾ, ਘੱਟੋ ਘੱਟ 50 ਟਾਈਮਸ ਖੋਲ੍ਹ ਕੇ ਦੇਖੀ ਹੋਣੀ ਵੈਬਸਾਈਟ ਕਿ ਸ਼ਾਇਦ ਅੱਜ ਆ ਜਾਏ, ਹੈ ਨਾ ਰਿਜ਼ਲਟ। ਅਤੇ ਉਸ ਤੋਂ ਬਾਅਦ ਇਹ ਹੁੰਦਾ ਕਿ ਉਹਨਾਂ ਚਿਰ ਤੁਹਾਨੂੰ ਐਕਸਾਈਟਮੈਂਟ ਹੁੰਦੀ ਹੈ, ਜਦੋਂ ਆ ਜਾਂਦਾ ਦੈਨ ਤੁਹਾਡੇ ਕੋਲ ਵਰਡਸ ਨਹੀਂ ਹੁੰਦੇ ਡਿਸਕ੍ਰਾਈਬ ਕਰਨ ਲਈ ਆਪਦੀ ਖੁਸ਼ੀ। ਇਹ ਸ਼ੋਰ ਸੀਗਾ ਕਿ ਤੁਸੀਂ ਇਹਦੇ 'ਚ ਇਹਨੂੰ ਕੁਆਲੀਫਾਈ ਕਰ ਲਓਗੇ, ਤੁਹਾਡੇ ਪੇਪਰ ਜਾਂ ਤੁਹਾਡੀ ਇੰਟਰਵਿਊ ਐਡੀ ਵਧੀਆ ਹੋਈ ਹੋਈ ਸੀ? ਸਰ ਇੰਟਰਵਿਊ ਮੇਰੀ ਅੱਛੀ ਹੋਈ ਸੀਗੀ, ਹਾਂਜੀ। ਅਤੇ ਬਾਕੀ ਇਹ ਹੁਣ ਥੋੜ੍ਹੀ ਬਹੁਤੀ ਅਨਸਰਟੇਨਿਟੀ ਰਹਿੰਦੀ ਹੈ ਜਿਹਨਾਂ 'ਚ ਰਿਜ਼ਲਟ ਨਹੀਂ ਆਉਂਦਾ ਹੈਗਾ, ਅਤੇ ਤਾਂ ਹੀ ਤੁਸੀਂ ਵੇਟ ਕਰਦੇ ਹੋ ਕਿ ਕਦੋਂ ਰਿਜ਼ਲਟ ਆਏ। ਤੁਹਾਡਾ ਮੈਡਮ ਪੰਜਾਬ ਦਾ ਜੁਡੀਸ਼ਰੀ ਦਾ ਇਹ PCS ਦਾ ਫਸਟ ਅਟੈਂਪਟ ਹੈ ਜੀ? ਸਰ ਹਾਂਜੀ, ਮੇਰੀ 2018 ਦੇ ਵਿੱਚ LLB ਕੰਪਲੀਟ ਹੋਈ, ਉਸ ਤੋਂ ਬਾਅਦ ਸਰ 2019 ਦੇ ਵਿੱਚ ਇਹ ਨੋਟੀਫਿਕੇਸ਼ਨ ਆਊਟ ਹੋਈ ਪੰਜਾਬ ਵੱਲ। ਤੁਸੀਂ ਇਹਦੇ ਵਿੱਚ ਕੋਈ ਕਿਤੇ ਕੋਈ ਗਾਈਡੈਂਸ ਵਗੈਰਾ ਕਿਤੇ ਕੋਈ ਅਕੈਡਮੀ ਜੁਆਇਨ ਕੀਤੀ? ਸਰ ਨਹੀਂ, ਮੈਂ ਸਾਰੇ ਸੈਲਫ ਸਟੱਡੀ ਦੇ ਨਾਲ ਹੀ ਕੀਤੀ ਹੈ, ਕੋਈ ਅਕੈਡਮੀ ਜੁਆਇਨ ਨਹੀਂ ਕੀਤੀ, ਕਿਉਂਕਿ ਉਹ ਇੱਕ ਬੀਇੰਗ ਅ ਵਰਕਿੰਗ ਤੇ ਤੁਹਾਡੇ ਲਈ ਪੋਸੀਬਲ ਨਹੀਂ ਹੁੰਦਾ ਹੈਗਾ, ਤੁਸੀਂ ਕਿਤੋਂ ਕੋਚਿੰਗ ਲੈ ਲਓ।